ਭਾਈ ਹਰਜਾਤ ਸਿੰਘ ਜੀ ਨਾਲ ਕਰਨੀ ਹੱਥ ਨਾ ਮਾਰੋ ਐਸਜੀਪੀਸੀ ਸੰਗਤ ਦੀ ਨਹੀਂ ਐਸਜੀਪੀਸੀ ਕੋਲ ਸੰਗਤ ਦਾ ਪੈਸਾ ਕੀ ਹੋਣਾ ਹੈ ਹਨੀ ਜਿਸ ਦਿਨ ਇਲੈਕਸ਼ਨ ਸੀ ਅੱਜ ਪਹਿਲਾਂ ਲੱਗ ਰਿਹਾ ਕੱਲ ਨੂੰ ਕੰਧਾ ਹੋ ਗਿਆ ਮੰਨ ਲਓ ਪੇਸ਼ੈਂਟ ਕੋਈ ਜਾਣਾ ਕਦੋਂ ਲੈ ਕੇ ਜਾਣਾ ਅਕਾਲੀ ਦਲ ਦਾ ਕੋਈ ਨੁਮਾਇੰਦਾ ਆਵੇ ਮਜੀਠੀਆ ਸਾਹਿਬ ਕਿਸ ਹੱਕ ਨਾਲ ਇਹ ਚੀਜ਼ ਅਨਾਊਂਸ ਕਰ ਗਏ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਦੇਵਾਂਗਾ ਇੱਕ ਸਾਈਡ ਤੇ ਇੰਟਰਲੋਕ ਟਾਈਲ ਦੇਵਾਂ ਜਦੋਂ ਕਿ ਤੁਸੀਂ ਇੱਕ ਬੰਨੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨਹੀਂ ਹੈ ਇਸ ਚੀਜ਼ ਦਾ ਤੇ ਮਜੀਠੀਆ ਸਾਹਿਬ ਕੋਲ ਕੀ ਹੱਕ ਹੈ ਰਹੀ ਜਿਹੜੀ ਚੀਜ਼ ਹਰ ਇੱਕ ਚੀਜ਼ ਦੀ ਵੀਡੀਓ ਉਹਨਾਂ ਦੀ ਵਾਇਰਲ ਹੈ ਹਰ ਇੱਕ ਚੀਜ਼ ਅਸੀਂ ਤੁਹਾਡੇ ਕੋਲ ਵੀ ਉਹ ਚੀਜ਼ ਆਪਾਂ ਹੱਥ ਜੋੜ ਕੇ ਬੇਨਤੀ ਇਹੋ ਚੀਜ਼ ਦੀ ਕਰਨ ਤੁਸੀਂ ਰਾਹ ਬੰਦ ਕਰਨ ਦਾ ਟਾਈਮ ਦਿਓ ਅਸੀਂ ਉੱਥੇ ਗੱਲ ਕਰ ਲੈਂਦੇ ਆਪਾਂ ਤੁਹਾਨੂੰ ਉਹ ਚੀਜ਼ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਉਹਨਾਂ ਨੂੰ ਟਾਈਮ ਲੈ ਕੇ ਆਪੇ ਇੱਕ ਵਾਰੀ ਮੀਟਿੰਗ ਕਰ ਲੈਂਦੇ ਹਾਂ ਤੁਸੀਂ ਉਹਨੇ ਦੇ ਰਾਹ ਜਿਹੜੇ ਆ ਆਪਣੇ ਮੰਦ ਰੱਖੋ ਕੋਈ ਵੀ ਮਹਿਲਾ ਵਾ ਤੁਹਾਡਾ ਬਹਿ ਕੇ ਕੋਈ ਹੋ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਜੇ ਤੁਸੀਂ ਇੱਦਾਂ ਤਕਰਾਰ ਨਾ ਕਰੋਗੇ ਨਾ ਮਜੀਠੀਆ ਸਾਹਿਬ ਨੇ ਅਨਾਊਂਸ ਕੀਤਾ ਐਸਜੀਪੀਸੀ ਖੜੀ ਹੋ ਗਈ ਇੱਕ ਬੰਦਾ ਨਹੀਂ ਬੋਲਿਆ ਕਿ ਭਾਜੀ ਤੁਸੀਂ ਸਾਡੀ ਜਗ੍ਹਾ ਤੇ ਕਿਉਂ ਅਨਾਊਂਸ ਕਰਨ ਦੇ ਪਾਰਕ ਦਾ ਇੰਟਰਲੋਕ ਉਦੋਂ ਕਿਸੇ ਬੰਦੇ ਨੇ ਤੁਹਾਡੇ ਮੁਲਾਜ਼ਮ ਦੇਖੋ ਭਾਈ ਰਾਮ ਸਿੰਘ ਇੱਥੇ ਆਏ ਮੇਰੇ ਕੋਲ ਇੱਕ ਇੱਕ ਬੰਦੇ ਦੀ ਵੀਡੀਓ ਪਈ ਮੈਂ ਤੁਹਾਨੂੰ ਸਾਰੇ ਦਿਖਾ ਦੂੰਗਾ ਤੁਸੀਂ ਆਪਣਾ ਰਾਹ ਬੰਦ ਕਰ ਦਿੰਦੇ
ਬੰਦਾ ਰਾਜ ਹੀ ਮਰ ਜਾਣਾ ਵਾ। ਇੱਕ ਵੀ ਮੈਂਬਰ ਨੇ ਉੱਠ ਕੇ ਇਹ ਚੀਜ਼ ਨਹੀਂ ਕਹੀ ਕਿ ਸਾਡੀ ਪਰਸਨਲ ਪ੍ਰੋਪਰਟੀ ਆ, ਤੁਸੀਂ ਕੌਣ ਹੁੰਦੇ ਹੋ ਇਹ ਚੀਜ਼ ਅਨਾਊਂਸ ਕਰਨ ਦੇ? ਗੁਰਨਾਮ ਮਜੀਠੀ ਦੀ ਕੀ ਹੈ? ਮਜੀਠੀਆ ਸਾਹਿਬ ਦੀ ਨਹੀਂ ਲੈਣੀ, ਉਹਨੇ ਕਿਸ ਹੱਕ ਨਾਲ ਅਨਾਊਂਸ ਕਰਨੀ? ਬਹਿਸ ਕਿਉਂ ਕਰਨੀ? ਆਪਾਂ ਕਰੀਏ ਵੀ ਹਫ਼ਤੇ ਦਾ ਟਾਈਮ ਦਿਓ, ਮੰਗਲਵਾਰ ਤੱਕ ਜਗਾਰੇ ਛੱਡੇ ਗਏ ਐਸਜੀਪੀਸੀ ਵੱਲੋਂ ਹੀ ਬੋਲੇ ਸੁਣਿਆ, ਉਦੋਂ ਚੱਲੇ ਨਾ ਜਗਾਰੇ, ਉਦੋਂ ਇੱਕ ਬੰਦਾ ਨੀ ਬੋਲਿਆ ਕਿ ਭਾਜੀ ਸਾਡੀ ਪਰਸਨਲ ਪ੍ਰੋਪਰਟੀ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਅਨਾਊਂਸ ਕੀਤਾ। ਵਿਕਰਮ ਸਿੰਘ ਮਜੀਠੀਆ ਜੀ, ਤੁਸੀਂ ਇੱਥੇ ਬਹਿ ਕੇ ਅਨਾਊਂਸ ਕੀਤਾ ਸੀ ਕਿ ਇਹ ਹੰਸਜੀ ਦੇ ਉੱਤੇ ਆਪਾਂ ਪਾਰਕ ਬਣਾਵਾਂਗੇ, ਵਧੀਆ ਰਾਹ ਦੇਵਾਂਗੇ, ਆਹੀ ਲੋਕ ਹੈ ਜਿਹੜੇ ਤੁਹਾਡੀ ਰੈਲੀ 'ਚ ਤੁਹਾਡੇ ਨਾਲ ਚੱਲੇ ਸੀ। ਇੱਧਰ ਵੇਖੋ, ਇਹ ਸਾਰੇ ਲੋਕ ਤੁਹਾਡੇ ਨਾਲ ਤੁਹਾਡੀ ਰੈਲੀ 'ਤੇ ਨਾਲ ਚੱਲੇ ਸੀ, ਤੁਹਾਨੂੰ ਵੋਟਾਂ ਪਾਈਆਂ ਸੀ, ਪਰ ਅੱਜ ਦਾ ਮਤਲਬ ਕਿ ਤੁਸੀਂ ਇਲੈਕਸ਼ਨ ਹਾਰ ਗਏ ਹੋ ਅਤੇ ਕੀ ਸਾਡੇ ਤੁਸੀਂ ਰਸਤੇ ਬੰਦ ਕਰੋਗੇ? ਆਹ ਤੁਹਾਡੀ ਸਾਰੀ ਕਮੇਟੀ ਰਸਤਾ ਬੰਦ ਕਰਾਉਣਾ ਹੀ ਹੈ। ਵੋਟ ਜਿੱਤਿਆ ਤੁਸੀਂ, ਦੇਖੋ ਚੈੱਕ ਕਰਾਓ ਮਾਨਸਾ, ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ। ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹੀ ਬੇਨਤੀ ਕਰਦੇ ਕਿ ਬਹੁਤ ਨੀਵਾਂ ਜਾ ਰਿਹਾ ਵਾ, ਏਦਾਂ ਦੇ ਮਸਲੇ ਨਾ ਪਾਓ ਜਿਨ੍ਹਾਂ ਦਾ ਲੋਕ ਹੋਰ ਤੁਹਾਡੇ ਵੈਰ ਵਿਰੋਧ ਚ ਹੋਣ। ਕੱਲ ਨੂੰ ਐਸਜੀਪੀਸੀ ਦੀਆਂ ਚੋਣਾਂ ਹੈਗੀਆਂ ਵਾ, ਉਹਨਾਂ ਤੇ ਵੀ ਤੁਹਾਡਾ ਪ੍ਰਭਾਵ ਪੈਣਾ ਜੇ, ਇਹ ਤੁਹਾਡੇ ਅੱਗੇ ਬੇਨਤੀ ਹੈਗੀ ਜੇ ਕਰ ਦੋ। ਮੈਂ ਕੋਈ ਮਤਲਬ ਨੀ ਗਾ, ਅਸੀਂ ਇਹ ਜਗ੍ਹਾ ਉਦੋਂ ਬਣਾਵਾਂਗੇ, ਸਾਡਾ ਅਕਾਲੀ ਦਲ ਦਾ ਕੋਈ ਨੁਮਾਇੰਦਾ ਆਵੇ। ਮਜੀਠੀਆ ਸਾਹਿਬ ਕਿਸ ਹੱਕ ਨਾਲ ਇਹ ਚੀਜ਼ ਅਨਾਊਂਸ ਕਰ ਗਏ ਇੱਥੇ ਕਿ ਇੱਕ ਸਾਈਡ ਤੇ ਮੈਂ ਪਾਰਕ ਦੇਵਾਂਗਾ, ਇੱਕ ਸਾਈਡ ਤੇ ਇੰਟਰਲੋਕ ਟਾਈਲ ਦੇਣਾ, ਜਦੋਂ ਕਿ ਤੁਸੀਂ ਇੱਕ ਬੰਦੇ ਕਹਿੰਦੇ ਹੋ ਕਿ ਸਿਆਸੀ ਕੋਈ ਰੋਲਾ ਨੀ ਗਾ ਇਸ ਚੀਜ਼ ਦਾ? ਤੇ ਮਜੀਠੀਆ ਸਾਹਿਬ ਕੋ ਕੀ ਹੱਕ ਆ ਲੈਗੀ ਜਿਹੜੀ ਚੀਜ਼ ਹਰ ਇੱਕ ਚੀਜ਼ ਵੀਡੀਓ ਉਹਨਾਂ ਦੀ ਆਵਾਜ਼ ਨਾਲ ਲੱਗੀ, ਹਰ ਇੱਕ ਚੀਜ਼ ਅਤੇ ਫਿਰ ਸਾਨੂੰ ਥੋੜਾ ਟਾਈਮ ਬਣਾ ਲੈਣੇ ਕੇ ਮੇਨ ਟਾਈਮ ਬਣਾ ਲੈਣੇ ਆਪਣੇ ਬੰਦ ਰੱਖੋ।
ਮਸਲਾ ਵਾ ਤੁਹਾਡਾ ਬਹਿ ਕੇ ਕੋਈ ਹੋ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਜੇ ਤੁਸੀਂ ਇਹਦਾ ਤਕਰਾਰ ਨਾ ਕਰੋਗੇ ਨਾ ਕੋਈ ਮਾੜਾ ਚੰਗਾ ਬੋਲਿਆ ਮੇਰਾ ਹੋਵੇ ਮੈਂ ਫੈਸਲਾ ਲੈ ਸਕਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਹੈ ਕਿ ਅੱਗੇ ਤੁਹਾਡੀ ਪਾਰਟੀ ਦਾ ਕੱਖ ਨਹੀਂ ਜੇ ਰਿਹਾ, ਤੁਹਾਡੇ ਪੱਲੇ ਪੂਰੇ ਪੰਜਾਬ ਤੇ 3 ਸੀਟਾਂ, ਤੁਸੀਂ ਐਲਜੀਪੀਸੀ ਦੀਆਂ ਵੋਟਾਂ ਵੀ ਹਾਰ ਜਾਣੀਆਂ ਜੇ, ਜੋ ਤੁਹਾਡੇ ਹਾਲਾਤ ਆ ਲੋਕਾਂ ਦੇ ਪ੍ਰਤੀ ਤੁਹਾਡੇ ਚ ਬਹੁਤ ਰੋਸ ਹੈਗਾ ਜੇ, ਇਹੋ ਜਿਹੇ ਕੰਮ ਬੰਦ ਕਰ ਦੋ, ਤੁਹਾਡੀ ਇੱਕ ਸੀਟ ਨਹੀਂ ਜਾਣੀ।